ਕੋਟ ਨਹੀਂ ਪਾਉਣ ਜਾਣਾ ਆਪਾਂ ਆਪਾਂ ਤੈਨੂੰ ਮੈਂ ਦੱਸਦਾ ਉਹਨੇ ਜਾਨਵੜੀ ਨਾ ਚ ਰੇਸ਼ਮਾ ਨੇ ਆਉਣਾ ਇਦਾਂ ਆਹਾ ਲੱਗ ਜਾ ਆ ਜਾ ਜੋਰ ਚੈੱਕ ਕਰੀਏ ਬੜਾ ਫਣੀ ਬੰਦਾ ਹੈਗਾ ਐਡਾ ਖੇਡ ਦਾ ਨਾ ਜਣਾ ਹਰਨੇ ਪੁੜੀਆ ਗੋਪੀ ਆਉ ਕਹਿੰਦੇ ਦਿਲ ਦੇ ਵਿੱਚ ਉਹਨਾਂ ਤੇ ਕਹਿੰਦੇ ਹਰਿਆਣੇ ਪੰਜਾਬ ਦੀ ਗੱਲ ਚੱਲਦੀ ਪਰ ਆ ਫਰੰਦੀ ਪੁੜੀਆ ਆ ਫਰੰਦੀ ਪਹਿਲੀ ਬੰਨਾ ਕੋਈ ਨਹੀਂ ਬੈਟਰਾਂ ਨੇ 5-7 ਲੱਖ ਰੁਪਈਏ ਦਾ ਖਰਚਾ ਦੱਸਿਆ ਭੈਣ ਕਹਿੰਦੀ ਹੈ ਕਿ ਜੇ ਸਾਡੀ ਸੰਗਤ ਮਾਣ ਕਰੇ ਤੇ ਸਾਡਾ ਕਿਉਂ ਭਾਜੀ ਜੇ ਮੰਨ ਕੇ ਲਓ ਕੋਈ ਇਹਦਾ ਰਿਸ਼ਤੇਦਾਰਾਂ ਦਾ ਮੈਨੂੰ ਪੈਣ ਦੀ ਲੋੜ ਆ ਵੀਰ ਦੇ ਉਹਨਾਂ ਕੋਈ ਗੱਲ ਨਹੀਂ ਹੈਗੀ ਆਪਾਂ ਆਪਣੇ ਆਪਣੇ ਚ ਆਪਣੇ ਚ ਗਰੀਬ ਆ ਜਿਹੜੇ ਇਹਨੂੰ ਜਾਣਦੇ ਨਾ ਲੋਕੀ ਉਹਨਾਂ ਚ ਇਹ ਗਰੀਬ ਆ ਆਪਦੀ ਰਿਸ਼ਤੇਦਾਰੀ ਦੇ ਵਿੱਚ ਸਹੁਰਿਆਂ ਚ ਹੋ ਗਿਆ ਆਪਦੇ ਸਾਂਡੂ ਨਹੀਂ ਬੜੇ ਮਾਰ ਮੈਂ ਸ਼ੁਕਰੀਆ ਤਾਂ ਹੀ ਮੱਥੇ ਨੂੰ ਹੱਥ ਲਾਇਆ ਬਹੁਤ ਥੱਲੇ ਧਰਤੀ ਨੂੰ ਲਾ ਕੇ ਮੱਥਾ ਟੇਕਿਆ ਮੈਂ ਵੀ ਆਪਾਂ ਅਜੇ ਆਪਾਂ ਇੱਥੇ ਬਹਿ ਕੇ ਵੀ ਗੁਰੂ ਨਾਲ ਗਿੱਲੇ ਸ਼ਿਕਵੇ ਕਰਦੇ ਹਾਂ ਰੱਬਾ ਫਲਾਣ ਢੀਂਗ ਉੱਥੇ ਕਲਸੀ ਭਵਾਨ ਦੇ ਕੋਨੇ ਮੈਚ ਉੱਥੇ ਪੰਗਾ ਪੈ ਗਿਆ ਬੜਾ ਜ਼ਿਆਦਾ ਮੁੜ ਕੇ ਹੀ ਬੜਾ ਫਾਲੋ ਰੇਟ ਉਹ ਜੇ ਦੁਬਾਰਾ ਫਾਲੋ ਰੇਟ ਮੈਂ ਬੜਾ ਸੂਤਾ ਬੜੇ ਜੋਰਾਂ ਨਾਲ ਸੂਤਰ ਛਾਤਰ ਜੋ ਫੋਟੋ ਸੈਂਡ ਕੀਤੇ ਮੈਂ ਮੇਰਾ ਵਾ ਕਬੂਤਰ ਦੇ ਦੇ ਉਹ ਮੈਂ ਲਕਲਾਇਆ ਲੈਣ ਮੈਂ ਚੱਲ ਕੋਈ ਨਹੀਂ ਉਹ ਕੁੜੇ ਬਹਿ ਕਰ ਗਿਆ ਉੱਥੇ ਅਗਲੇ ਦਿਨ ਛੱਡਿਆ ਤੇ ਉਹ ਚੱਲ ਫਿਰ ਉਹਦੇ ਘਰੇ ਉਹ ਜਾ ਕੇ ਉੱਥੇ ਬਹਿ ਗਿਆ ਮੈਂ ਫਿਰ ਇਹਨੂੰ ਡਾ ਦੇ ਇੱਥੋਂ ਆਪ ਦੇ ਲਈ ਉਹਨੇ ਡਾਇਆ ਦਿਲ ਪਰ ਨਹੀਂ ਆਪਣੇ ਇਹਨੂੰ ਹੀ ਆ ਜਿੱਦਾਂ ਆਪਣਾ ਚੱਕਰ ਜਿਹਾ ਬਣਦਾ ਨਾ ਇੱਦਾਂ ਹੀ ਉਹਦਾ ਬਣਦਾ ਚੱਕਰ ਜਿਹਾ ਦੇਸੀ ਰੱਖੇ ਕਿ ਨਹੀਂ ਦੇਸੀ ਰੱਖੇ ਦੇਸੀਆਂ ਦਾ ਫਾਇਦਾ ਨਹੀਂ ਕਹਿੰਦੇ ਹੁਣ ਪੰਜ ਤੋਂ ਵੱਧ ਮੋਟੀ ਰੱਖਣੀ ਹੈ ਆਵੇ ਮੇਟੇ ਆਂਦਾ ਉਹ ਆਪਣੇ ਬਲਦੇਵ ਜਰਮਨ ਵਾਲਾ ਆ ਜਾਂਦਾ 15000 ਰੁਪਏ ਐਂਟਰੀ ਆ ਤੇ ਦੋ ਟੱਕਾ ਦੇ ਤਿੰਨ ਦਿਨ ਉੱਡਨੇ ਤਿੰਨਾਂ ਦਿਨਾਂ ਦੀ ਐਵਰੇਜ ਬਣਾਉਣੀ ਆ ਤਿੰਨਾਂ ਦਿਨਾਂ ਦੀ 15000 ਰੁਪਏ ਐਂਟਰੀ ਆ ਤੇ 15 ਕਿੰਨੇ 20 ਉੱਡੇ ਹੀ ਉੱਧਰ ਅਸੀਂ ਭਾਂਜੀ ਉੱਧਰ ਆਉਂਦੇ ਆ ਉੱਧਰ ਹੀ ਜਾਊ ਸਾਰਾ ਕੋਟਾਰੀ ਲੈ ਉਹਨਾਂ ਦਾ ਕਬੂਤਰ ਬੜੇ ਡਾਵੇ ਪਰ ਨਾ 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 ਉਹਨਾਂ ਕੋਲ ਕਾਲਾ ਨਹੀਂ ਕਿਤੇ ਦੱਸਿਆ ਵੀ ਉਹਨਾਂ ਹੈ ਬਈ ਭਾਂਜੀ ਚਾਹ ਨਹੀਂ ਹੈਗੀ ਚਾਹ ਦੇ ਦੀ ਬੰਦੇ ਨਵੇਂ ਆਏ ਹੋਰ ਫਿਰ ਜੇ ਬਲਵਾਨ ਜੀ ਵੋਟਾਂ ਆ ਰਹੀਆਂ ਭਲਵਾਨ ਜੀ ਕੀ ਕਹਿਣਾ ਚਾਹੋ ਵੋਟਾਂ ਆਪਣਾ ਨਿਸ਼ਾਨ ਜਿੰਦਾਬਾਦ ਆ ਨਾ ਹਾਂਜੀ ਆਪਾਂ ਖਾਲਸੇ ਦੇ ਨਾਲ ਆ ਆਪਣਾ ਫਰਜ਼ ਬਣਦਾ ਹੈਨਾ ਬਾਕੀ ਪਲੇਅਰ ਬੰਦਾ ਹੀ ਤਾਂ ਸਾਰਿਆਂ ਦੇ ਸਾਂਝੇ ਆ ਨਾ ਹਾਂਜੀ ਪਰ ਜਦੋਂ ਸਾਡੇ ਨਿਸ਼ਾਨ ਦੀ ਗੱਲ ਆ ਜਾਂਦੀ ਹੈ ਤੇ ਫਿਰ ਤੇ ਆਪਾਂ ਨੂੰ ਉੱਧਰ ਹੋਣਾ ਹੀ ਪੈਣਾ ਹੈਨਾ ਬਾਕੀ ਆਪਾਂ ਤਾਂ ਸਾਂਝੇ ਮਿੰਜੇ ਆ ਸਾਰਿਆਂ ਦੇ ਪਰ ਜਿੱਥੇ ਸਾਡੀ ਹੋਂਦ ਦੀ ਗੱਲ ਆਉਂਦੀ ਆ ਉੱਥੇ ਅਸੀਂ ਫਿਰ ਆਪਣੇ ਨਿਸ਼ਾਨ ਦੇ ਮਗਰ ਉੱਥੇ ਆਪਾਂ ਹਿੱਕ ਡਾਹ ਕੇ ਖੜ ਜਾਣਾ ਉਹਦੇ ਮਗਰ ਨਾ ਹਾਂਜੀ ਆਪਣੇ ਸਬਸਕ੍ਰਾਈਬਰ ਨੂੰ ਕੀ ਕਹਿਣਾ ਚਾਹੋਗੇ ਆਪਾਂ ਫਿਰ ਜਿਹੜੇ ਆਪਾਂ ਨੂੰ ਪਿਆਰ ਕਰਦੇ ਆਪਾਂ ਇਹੀ ਕਹਿੰਦੇ ਆ ਕਿ ਸਾਥ ਦੋ ਵਰਗੀ ਹੈ ਨਾ ਹਾਂਜੀ ਆਪਣੇ ਜਿਹੜਾ ਖਾਲਸੇ ਦਾ ਨਿਸ਼ਾਨ ਆ ਐਰਕੀ ਆਪਣਾ ਵੀ ਫਰਜ਼ ਬਣਦਾ ਵੀ ਜਿਹੜਾ ਕੋਈ ਚੰਗੀ ਆਪਾਂ ਨੂੰ ਸੇਧ ਦਿੰਦਾ ਵਾ ਕੋਈ ਜੇ ਅੰਮ੍ਰਿਤ ਛਕਣ ਵਾਸਤੇ ਕਹਿੰਦਾ ਵਾ ਕੋਈ ਮੰਨ ਲਓ ਨਸ਼ੇ ਛੱਡਣ ਵਾਸਤੇ ਕਹਿੰਦਾ ਵਾ ਕੋਈ ਚੰਗੇ ਇਨਸਾਨ ਬਣਨ ਵਾਸਤੇ ਕਹਿੰਦਾ ਵਾ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਨਾ ਉਹਦੇ ਮਗਰ ਲੱਗਣਾ ਚਾਹੀਦਾ ਜੇ
ਕੋਈ ਆਪਾਂ ਨੂੰ ਚੰਗਾ ਰਾਹ ਦਿਖਾਉਂਦਾ ਹੈ ਨਾ, ਆਪਣੀ ਹੋਂਦ ਵਾਸਤੇ ਕੋਈ ਵੀ ਗੱਲ ਕਰਦਾ, ਆਪਾਂ ਉਹਦੇ ਮਗਰ ਹਾਂ, ਹੈ ਨਾ, ਆਪਣੇ ਨਿਸ਼ਾਨ ਦੇ ਮਗਰ ਹਾਂ, ਜੋ ਆਪਣਾ ਸਿੱਖੀ ਸੰਵਿਧਾਨ ਆ ਆਪਾਂ ਉਹਦੇ ਮਗਰ ਹਾਂ। ਅਤੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਯਾਰ ਕਿ ਸਾਥ ਦਿਉ, ਜਿੰਨੇ ਭੈਣ ਭਰਾ ਹੈਗੇ ਆ ਸਾਰੇ ਜਣੇ ਸਾਥ ਦਿਉ, ਅਤੇ ਆਪਣੀ ਹੋਣ ਦੀ ਗੱਲ ਹੈ ਭਰਵਾਂ ਜੀ। ਰਾਜਨੀਤੀ ਦਾ ਕਬੱਡੀ 'ਤੇ ਇਫੈਕਟ ਪੈਂਦਾ ਤੁਹਾਡੇ ਹਿਸਾਬ ਨਾਲ? ਤੁਸੀਂ ਵਾਹਵਾ ਸ਼ੇਰ ਦੇ ਨਹੀਂ ਇਫੈਕਟ ਭਲਾ ਕੀ ਚੱਕਰ ਹੁੰਦਾ, ਇਹ ਜਿਹੜੇ ਆਪਾਂ ਹੁੰਦੇ ਹਾਂ ਨਾ ਪਲੇਅਰ ਬੰਦਾ ਹੋ ਜਾਂਦਾ, ਇਹ ਸਾਰਿਆਂ ਦਾ ਸਾਂਝਾ ਹੋ ਜਾਂਦਾ। ਹਾਂਜੀ, ਕੋਈ ਵੀ ਸਪੋਰਟਸ ਹੈ ਨਾ, ਸਪੋਰਟਸ ਸਾਂਝ ਵਧਾਉਂਦੀ ਹੈ, ਪਾਲਟੀ ਬਾਜੀ 'ਚ ਨਹੀਂ ਆਉਣ ਪਾਉਣਾ ਚਾਹੀਦਾ ਸਪੋਰਟਸਮੈਨ। ਉਹ ਮੇਰਾ ਕਹਿਣਾ, ਪਾਲਟੀ ਬਾਜੀ 'ਚ ਆ ਗਏ ਨਾ ਅਤੇ ਫਿਰ ਆਪਾਂ ਇੱਕ ਤਰਫੇ ਹੋ ਗਏ। ਹਾਂਜੀ, ਅਸੀਂ ਅਜੇ ਵੀ ਅਸੀਂ ਸਾਂਝੇ ਹਾਂ ਸਾਰਿਆਂ ਦੇ, ਪਰ ਜਿੱਥੇ ਸਾਡੀ ਹੋਂਦ ਦੀ ਗੱਲ ਆ ਜਾਂਦੀ ਹੈ, ਜਿੱਥੇ ਸਾਡੀ ਸਿੱਖੀ ਸੰਵਿਧਾਨ ਦੀ ਗੱਲ ਆ ਜਾਂਦੀ ਹੈ, ਅਤੇ ਫਿਰ ਜੋ ਸਾਡਾ ਸਿੱਖੀ ਸਿਧਾਂਤ ਕਹਿੰਦਾ, ਫਿਰ ਤਾਂ ਸਿੱਖੀ ਸਿਧਾਂਤ ਸਭ ਤੋਂ ਉੱਤੇ ਆ, ਫਿਰ ਤਾਂ ਸਾਨੂੰ ਆਪਦੇ ਸਿੱਖੀ ਸਿਧਾਂਤ ਦੇ ਮਗਰ ਤੁਰਨਾ ਪੈਣਾ, ਹੈ ਨਾ। ਹਾਂਜੀ, ਜੋ ਜੋ ਸਾਡੇ ਮਹਾਰਾਜ ਨੇ ਸਾਨੂੰ ਸਿੱਖੀ ਸਿਧਾਂਤ ਬਖਸ਼ਿਆ, ਫਿਰ ਤਾਂ ਆਪਾਂ ਨੂੰ ਉਹਦੇ ਮਗਰ ਤੁਰਨਾ ਹੀ ਪੈਣਾ। ਜਦੋਂ ਸਾਰੇ ਜਣੇ ਆਪਾਂ ਨੂੰ ਕਹਿੰਦੇ ਆ, ਤਾਂ ਫਿਰ ਹੈਗੇ ਤਾਂ ਆਪਾਂ ਸਿੱਖਿਆ ਨਾ, ਹਾਂਜੀ, ਉਹ ਆਪਾਂ ਨੂੰ ਉਹਦੇ ਪੰਨੇ ਤੁਰਨਾ ਪੈਣਾ। ਅਤੇ ਬਾਕੀ ਆਪਾਂ ਤਾਂ ਇਹੀ ਚੀਜ਼ ਕਹਿੰਦੇ ਹਾਂ ਕਿ ਵੀ ਵਧੀਆ, ਹੈ ਨਾ, ਬੱਚੇ ਇੰਨੇ ਜ਼ਿਆਦਾ ਚੰਗੇ ਸੀ ਨਾ, ਕਹਿਣ ਵਾਲੀ ਗੱਲ ਹੀ ਨਹੀਂ, ਜਿੱਦਾਂ ਨਜ਼ਰ ਨਹੀਂ ਲੱਗ ਜਾਂਦੀ ਜਦੋਂ ਵਾਇਰਸ, ਜਦੋਂ ਮੰਨ ਲਓ ਆ ਵਾਇਰਸ ਨਹੀਂ ਕਿਤੇ ਛੱਡਦਾ, ਉਹ ਚੀਜ਼ ਹੋ ਗਈ। ਮੈਂ ਨਾ ਕਢਾਏ ਬੜੇ ਸ਼ੌਂਕ ਨੇ, ਬੜੀ ਪੈਨੂਰਾ ਸ਼ੁਰੂ ਕੀਤੀ ਅਸੀਂ, ਟੀਮ ਬਣਾਈ ਵੱਖਰੀ, ਬਗਾਰੇ ਬਣਾਏ ਬੰਨਨੇ ਮੇਰੇ ਹਿਸਾਬ ਨਾਲ 15-15 ਚ ਕਰ ਲਈ, 16 ਦੀ ਗੱਲ ਆ ਭਾਂ ਜੀ, 15-15 ਚ ਕਰ ਲਈ, 16 ਦੀ ਗੱਲ ਤਾਂ ਮੈਂ ਵਿਖਾ ਦੂੰ ਫੋਟੋਆਂ, 16 ਅੱਜ ਤਾਂ ਹੁਣ ਨਹੀਂ ਕਰਦੇ ਬਰਲੇ ਤੂੰ ਦੇ ਉਹ ਸਿੱਖੀ ਤੇ ਸਿੱਖੀ ਜੇ ਤਾਂ ਨਾਲ ਮੁੜ ਕੇ ਕਬੱਡੀ ਪਾਉਣ ਦਿਆ, ਤੇ ਮੈਂ ਆਪਣੇ ਤਰਮੋਜ ਪਾਈ ਤੇ ਮੇਰੇ ਤੋਂ ਵੱਜ ਗਈ ਸੀਗੀ, ਤੇ ਉਹ ਰੇਡਰ ਨੇ ਖਲੋ ਗਿਆ, ਰੇਡਰ ਗਿਆ ਖਲੋ ਉੱਥੇ ਕਲਸੀ ਪਵਾਣ ਦੇ ਬੰਨੇ ਮੈਚ, ਉੱਥੇ ਪੰਗਾ ਪੈ ਗਿਆ ਬੜਾ ਜ਼ਿਆਦਾ। ਪਹਿਲਾਂ ਜਦੋਂ ਲਾਈਵ ਨਹੀਂ ਚੱਲਦੇ ਹੁੰਦੇ, ਉਦੋਂ ਗੇਮ ਹੀ ਰੈਫਰੀਆਂ ਦਾ ਹੱਥ ਹੁੰਦੀ, ਕਿਉਂਕਿ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਜਿਤਾਉਣਾ ਰੈਫਰੀਆਂ ਨੂੰ ਪਤਾ ਹੁੰਦਾ, ਜੇ 2 ਨੰਬਰ ਗਲਤ ਦੇ ਰੈਫਰੀ ਨੂੰ ਵੀ ਪਤਾ ਵਾ ਰੈਫਰੀ ਕਿੱਦਾਂ ਕਰਦੀ,
ਹੁਣ ਮੰਨ ਲਓ ਜਿੱਦਾਂ ਆਪਾਂ ਰੈਫਰੀ ਕਰਦੇ ਆ ਲਾਈਵ ਚੱਲਣ ਦਿਆ ਮਾੜਾ ਜਿਹਾ ਮਿੰਟ ਸਕਿੰਟ ਹੀ ਕੁੜੀ ਆ ਵਾ ਉੱਧਰ ਹੋ ਗਿਆ ਜਿਸ ਤਰ੍ਹਾਂ ਹੁਣ ਕੱਤੀਆਂ ਦੀ ਹੋ ਗਈ ਉਸੇ ਵੇਲੇ ਕੱਟ ਕੇ ਅਗਲੇ ਮੈਂ ਤੁਹਾਨੂੰ ਦੱਸਾਂ ਜਿੱਥੇ ਚੰਗਾ ਮੈਚ ਹੁੰਦਾ ਨਾ ਮੰਨ ਲਾ ਵੀ ਚਾਰ ਟੀਮਾਂ ਕਿਸੇ ਨੇ ਕਹਿਤੀਆਂ ਜਾਂ ਛੇ ਕਹਿਤੀਆਂ ਅੱਠ ਕਹਿਤੀਆਂ ਉੱਥੇ ਰੈਫਰੀ ਜਿਸ ਤਰ੍ਹਾਂ ਮੰਨ ਲਓ ਤੁਸੀਂ ਛੇ ਜਣੇ ਜੇ ਅੱਠ ਜਣੇ ਜੇ ਚੌਵਾਂ ਤੋਂ ਤਾਂ ਵੱਧ ਹੀ ਹੁੰਦੇ ਆ ਛੇ ਜਣੇ ਜੇ ਛੇਆਂ ਰੈਫਰੀਆਂ ਨੇ ਸਲਾਹ ਕਰਨੀ ਉਹਨਾਂ ਨੇ ਕਹਿਣਾ ਵੀ ਆਪਾਂ ਕਿੱਦਾਂ ਇਹਨੂੰ ਬਿਹਤਰ ਕਰ ਸਕਦੇ ਹਾਂ ਵੀ ਕਿੱਦਾਂ ਵਧੀਆ ਤੋਂ ਵਧੀਆ ਆਪਾਂ ਢੰਗ ਨਾਲ ਚਲਾ ਸਕਦੇ ਹਾਂ ਕੰਮ ਉਸ ਤੋਂ ਬਾਅਦ 'ਚ ਜਦੋਂ ਟਾਸ ਪੈਂਦੀ ਆ ਉਦੋਂ ਸੀਨੀਅਰ ਪਲੇਅਰਾਂ ਨੂੰ ਸੱਦੋ ਜਿਹੜੇ ਟੀਮ ਦੇ ਕਪਤਾਨ ਆ ਉਹਨਾਂ ਨੂੰ ਕਹੋ ਕਿ ਬੰਦਾ ਰੱਬ ਨਹੀਂ ਹੁੰਦਾ ਅਸੀਂ ਆਪਦੇ ਵੱਲੋਂ ਪੂਰਾ ਐਫਰਟ ਕਰਾਂਗੇ ਵੀ ਕਿਸੇ ਦਾ ਨੰਬਰ ਨਾ ਗਲਤ ਦਿੱਤਾ ਜਾਵੇ ਜਿਹੜੇ ਨੰਬਰ 'ਤੇ ਤੁਹਾਨੂੰ ਡਾਊਟ ਆ ਮੇਰੇ ਭਰਾ ਉਹ ਹੋਲਡ ਲੈ ਲਿਓ ਹੋਲਡ ਜਿਹੜੇ ਸਾਰੇ ਕੀਤੇ ਹੋਣਗੇ ਉਹ ਨੰਬਰ ਜਿਹੜਾ ਹੋਲਡ ਕਰਨਾ ਉਹ 'ਤੇ ਚਿੰਨ ਵਾਹ ਕੇ ਰੱਖ ਲਓ ਜਦੋਂ ਡਾਊਟ ਲੱਗਦਾ ਆਪਾਂ ਨੂੰ ਕੋਈ ਵੀ ਦੋਵਾਂ ਟੀਮਾਂ ਤੋਂ ਆਪਣੇ ਤੋਂ ਸਹੂਲਤ ਹੈਗੀ ਆ ਉਹ ਤੋਂ ਬਾਅਦ 'ਚ ਆਪਾਂ ਲਾਈਵ ਕੱਢ ਕੇ ਵੇਖ ਲਈਏ ਬਸ ਇਹਦਾ ਕੀ ਆ ਚੱਕਰੀ ਜਦੋਂ ਤੁਹਾਨੂੰ ਕਹਿ ਦਿੰਦੇ ਨਾ ਰੈਫਰੀ ਵੀ ਕਿੰਨੇ ਕਿੰਨੇ ਲੈਣੇ 'ਚ ਹੋਲਡ ਇੰਨੇ ਹੋਲਡ ਆਉਣਾ ਕੁਝ ਵੀ ਗੱਲ ਨਹੀਂ ਬਣਦੀ ਜ਼ਿਆਦਾ ਰੌਲਾ ਪੈਂਦਾ ਜੀ ਉਹ ਚੀਜ਼ ਦਾ ਤੁਸੀਂ ਕਹਿਣਾ ਵੀ ਅਸੀਂ ਸੈਟੀਸਫਾਈ ਤੁਹਾਨੂੰ ਐਂਡ 'ਤੇ ਕਰਕੇ ਘੱਲਾਂਗੇ ਉੱਥੇ ਕਿੰਨਾ ਟਾਈਮ ਲੱਗਦਾ ਜੇ ਮੰਨ ਕੇ ਚਲੋ ਪੰਜ ਨੰਬਰ ਹੋਲਡ ਆ ਜਾਂ ਉੱਧਰੋਂ ਹੱਦ ਤੋਂ ਹੱਦ ਤਿੰਨ ਚਾਰ ਨੰਬਰ ਹੋਲਡ ਹੋ ਸਕਦੇ ਤੋਂ ਵੱਧ ਨਹੀਂ ਹੋ ਸਕਦੇ ਹੈ ਨਾ ਉਹ ਕੱਢ ਕੇ ਤਾਂ ਤੁਸੀਂ ਦਿਖਾ ਦਿਉ ਆਹ ਵੇਖੋ ਜਦੋਂ ਤੁਸੀਂ ਕਹਿੰਦੇ ਜੇ ਨਾ ਕਿੰਨੇ ਕਿੰਨੇ ਹੋਲਡ ਰੱਖਣੇ ਆ ਉਹ ਹੋਲਡਾਂ ਦਾ ਤੋਂ ਮੁੜ ਕੇ ਉੱਤੇ ਕੰਮ ਚੱਲ ਜਾਂਦਾ ਮੁੜ ਕੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਜ਼ਿਆਦਾ ਕੋਈ ਵੀ ਮੰਨ ਲਓ ਰੈਫਰੀ ਜਦੋਂ ਕਰਦਾ ਨਾ ਜਦੋਂ ਇੱਕ ਵਾਰ ਉਹ ਤੋਂ ਨੰਬਰ ਗਲਤੀ ਨਾਲ ਗਲਤ ਦਿੱਤਾ ਜਾਂਦਾ ਨਾ ਮੁੜ ਕੇ ਉੱਤੇ ਪ੍ਰੈਸ਼ਰ ਪੈ ਜਾਂਦਾ ਮੁੜ ਕੇ ਫਿਰ ਉਹ ਪਜਲ ਹੋ ਜਾਂਦਾ ਤੈਨੂੰ ਮੇਰੀ ਗੱਲ ਨਹੀਂ ਸਮਝਣੀ ਨਹੀਂ ਮੈਂ ਤੁਹਾਡੀ ਗੱਲ ਤਾਂ ਸਮਝ ਗਿਆ ਮੈਂ ਮੰਨ ਲਾ ਕਿ ਟੀਮ ਨੂੰ ਆਪਾਂ ਕਿਸੇ ਟੀਮ ਨੂੰ ਕਹਤੇ ਵੀ ਤੂੰ ਤਿੰਨ ਨੰਬਰ ਹੋਲਡ ਲੈ ਸਕਦਾ ਜਾਂ ਚਾਰ ਲੈ ਸਕਦਾ ਹਾਂਜੀ ਹਾਂ ਨਾ ਚਾਰ ਲੈ ਲੈ ਹੋਲਡ ਹਾਂਜੀ ਹੁਣ ਮੰਨ ਕੇ ਚੱਲ ਹੁਣ ਚਾਰ ਲੈ ਲੈ ਤੇ ਜੇ ਮੰਨ ਲਾ ਕਈ ਵਾਰ ਗਲਤੀ ਹੋ ਜਾਂਦੀ ਕਈ ਵਾਰ ਬੰਦਾ ਸਹੀ ਵੀ ਹੋਲਡ ਕਰ ਲੈਂਦਾ ਉਹ ਤੋਂ ਬਾਅਦ 'ਚ ਕਈ ਵਾਰ ਡਾਊਟ ਹੁੰਦਾ ਜਿਹੜਾ ਤੇ ਆਪਾਂ ਕਹਿੰਦੇ ਯਾਰ ਡਾਊਟ ਆ ਮੈਨੂੰ ਇਹ ਵੀ ਹੋਲਡ ਕਰ ਲਓ ਕਈ ਵਾਰ ਹੁੰਦਾ ਕਿ ਹੁਣ ਕਹਿੰਦੇ ਵੀ ਤੁਹਾਡੇ ਚਾਰ ਜਿਹੜੇ ਹੋਲਡ ਲਏ ਪੂਰੇ ਹੋ ਗਏ ਹੁਣ ਤੁਸੀਂ ਹੋਲਡ ਹੁਣ ਮੰਨ ਕੇ ਚੱਲ ਚਾਰ ਹੋਲਡ ਕੀਤੇ ਆ ਪੰਜਵਾਂ ਜਿਹੜਾ ਹੋਲਡ ਆ ਉੱਤੇ ਜੇ ਮੰਨ ਲਓ ਵੀ ਹਾਰ ਜਿੱਤ ਤੇ ਟੀਮ ਜਿੱਤਣ ਦੀ ਹਾਰ ਹੁੰਦੀ ਆ ਫਿਰ ਆਹ ਚੀਜ਼ ਤੇ ਇੱਥੇ ਕੰਮ ਖਰਾਬ ਹੁੰਦਾ ਜਾਂ ਤੇ ਫਿਰ ਉਹ ਇਹ ਚੀਜ਼ ਕਵੇ ਵੀ ਹੋਲਡ ਨਾ ਰੱਖੋ ਇੱਦਾਂ ਵਾ ਜੇ ਮੈਚ ਬਾਅਦ 'ਚ ਕਰਾਉਣਾ ਜਦੋਂ ਆਪਣੇ ਤੋਂ ਸਹੂਲਤ ਹੈਗੀ ਆ ਤੁਸੀਂ ਮੈਚ ਕਰਾਓ ਮੈਚ ਤੋਂ ਬਾਅਦ 'ਚ ਜਿਹੜਾ ਕਿੰਤੂ ਪਰੰਤੂ ਹੋਇਆ ਆਪਾਂ ਮੈਚ ਵੇਖ ਡਾਊਟ ਜਿੱਤੇ ਡਾਊਟ ਹੋਊ ਆਪਾਂ ਕਲੀਅਰ ਕਰ ਲਾਂਗੇ ਬਸ ਆਹ ਹੁੰਦਾ ਵੀ ਇੱਦਾਂ ਹੀ ਹੈ ਫਿਰ ਉੱਥੇ ਥੋੜ੍ਹੀ ਰਹਿੰਦੇ ਕੋਈ ਉਹ ਤੇ ਬਾਅਦ 'ਚ ਐਂਡ 'ਤੇ ਫਿਰ ਜਿਹੜੇ ਨੰਬਰਾਂ 'ਤੇ ਰੌਲਾ ਹੁੰਦਾ ਅਤੇ ਉਹ ਕਲੀਅਰ ਕਰਕੇ ਤਾਂ ਫਿਰ ਹੀ ਪਤਾ ਲੱਗਦਾ ਹਾਂ ਨਹੀਂ ਬੜੇ ਮਾਰ ਮੈਂ ਸ਼ੁਕਰੀਆ ਤਾਂ ਹੀ ਮੱਥੇ ਨੂੰ ਹੱਥ ਲਾਇਆ ਬਹੁਤ ਥੱਲੇ ਧਰਤੀ ਨੂੰ ਲਾ ਕੇ ਮੱਥਾ ਟੇਕਿਆ ਮੈਂ ਵੀ ਆਪਾਂ ਅਜੇ ਆਪਾਂ ਇੱਥੇ ਬਹਿ ਕੇ ਵੀ ਗੁਰੂ ਨਾਲ ਗਿੱਲੇ ਸ਼ਿਕਵੇ ਕਰਦੇ ਹਾਂ ਰੱਬਾ ਫਲਾਣ ਢੀਂਗ ਅਤੇ ਵੇਖ ਲਓ ਵੀ ਇਨਸਾਨ ਆ ਜਿਹੜੇ ਸ਼ਾਮਾਂ ਨੂੰ ਜਿਹਨੂੰ ਪੰਜ ਪੰਜ ਸੌ ਦਿਹਾੜੀ ਮਿਲਣੀ ਆ ਅਤੇ ਆਪਾਂ ਪੰਜ ਪੰਜ ਹਜ਼ਾਰ ਪਾ ਕੇ ਵੀ ਕਹਿਣਾ ਯਾਰ ਉਹ ਗੱਲ ਨਹੀਂ ਬਣੀ ਅੱਧੇ ਪੌਣੇ ਘੰਟੇ 'ਚ ਹਨਾ ਅੱਧੇ ਪੌਣੇ ਘੰਟੇ 'ਚ ਆਪਾਂ ਫਿਰ ਵੀ ਕਹਿਣਾ ਛੱਡ ਯਾਰ ਗੱਲ ਨਹੀਂ ਬਣੀ ਯਾਰ ਫਿਰ ਵੀ ਆਪਾਂ ਅਜੇ ਵੀ ਆਹਨੇ ਵੀ ਆਪਣਾ ਮਨ ਹੀ ਖੁਸ਼ ਹੈਗਾ ਅਜੇ ਵੀ ਇਸ ਚੀਜ਼ ਤੋਂ ਯਾਰ ਆਪਾਂ ਥੱਲੇ ਆਹ ਨੀਵੇਂ ਵੇਖੀਏ ਨਾ ਨੀਵੇਂ ਬਾਲੇ ਜ਼ਿਆਦੇ ਲੋਕ ਪਰ ਮੈਂ ਕਹਿੰਦਾ ਵੀ ਰੱਬ ਦੇ ਬਲਹਾਰੇ ਹੀ ਜਾਵੇ ਉਹਦੇ ਵਾਹਿਗੁਰੂ ਦੇ ਜਿਹਨੇ ਜਨਮ ਦਿੱਤਾ ਉਹਦੇ ਕੁਝ ਆਪਦੀ ਰੋਟੀ ਵੀ ਖਾਣੀ ਆ ਸੌਦਾ ਪੱਤਾ ਵੀ ਲਿਆਉਣਾ ਵਾ ਘਰ ਦਾ ਦਵਾਈ ਦਾਰੂ ਵੀ ਕਰਨਾ ਦੁੱਧ ਵੀ ਲਿਆਉਣਾ ਵਾ ਇੱਕ ਪੰਜ ਸੌ ਚੋਲ ਕੀ ਕਰ ਸਾਰਾ ਕੁਝ ਵੇਖ ਲਾ ਧਿਆਨ ਲੰਦਾ ਅੱਜ ਪੈਸੇ ਘੱਟ ਮੰਗਦੇ ਤੇ ਕਰਜ਼ੇ ਪੁੱਛੀ ਸਕੋ ਤੂੰ ਅੱਜ ਤੇਰੇ ਕੋਲ ਸਹੀ ਤੂੰ ਕਹਿ ਵੀ ਮੈਂ ਨਹੀਂ ਲੈਣੇ ਅੱਜ ਅੱਜ ਮੀਰਪੁਰੀ ਦਾ ਤੇਲ ਹੀ ਕੱਢੋ ਪੰਜ ਰੁਪਏ ਪੰਜ ਸੌ ਦਾ ਵਾਸਤੇ ਜਦੋਂ ਨਾ ਆਪਣੇ ਆਪਣੇ ਚ ਗਰੀਬ ਆ
ਜਿਹੜੇ ਇਹਨੂੰ ਜਾਣਦੇ ਨਾ ਲੋਕੀ ਉਹਨਾਂ 'ਚ ਇਹ ਗਰੀਬ ਆ। ਆਪਦੀ ਰਿਸ਼ਤੇਦਾਰੀ ਦੇ ਵਿੱਚ ਸਹੁਰਿਆਂ 'ਚ ਹੋ ਗਿਆ, ਆਪਦੇ ਸਾਂਢੂਆਂ ਦੀ ਰਿਸ਼ਤੇਦਾਰੀ 'ਚ ਹੋ ਗਿਆ, ਉੱਧਰ ਮੀਰ ਹੈ, ਇਹ ਆਪਣੇ ਆਪਣੇ ਨਾਲ ਗਰੀਬ ਹੈ, ਇਹ ਆਪਣੇ ਸਰਕਲ 'ਚ ਇਹਨੇ ਗਰੀਬ ਬਣ ਜਾਣਾ। ਇਹ ਆਪਦੇ ਸਹੁਰੇ ਵਾਲੇ ਬੰਨੇ ਜਾ ਕੇ ਇਹਨੇ ਕਹਿਣਾ ਵੀ ਹਾਂ ਦੱਸੋ ਵੀ ਇੱਧਰ ਗਰੀਬ ਹੀ ਰਹਿਣਾ, ਇੱਧਰ ਗਰੀਬ ਰਹਿਣਾ, ਉੱਧਰ ਜਾ ਕੇ ਇਹਨੇ ਪੂਰੇ ਮੀਰ ਹੋ ਜਾਣਾ। ਸਹੁਰੇ ਵਾਲੀ ਪਲਟਨ ਨੂੰ ਨਹੀਂ ਦੇਣ ਦਿੰਦਾ ਇਹ। ਪਠਾਨੀ ਕੁੱਤਾ ਪਿਆਵਾ ਮਾਰਦਾ ਮਿਲ ਕੇ ਰਿਸ਼ਤੇਦਾਰਾਂ ਕਰਨ ਲੱਗਿਆ ਰਾਤ ਕਿਹੜੀ ਨੀਂਦ ਹੋਣੀ ਕਰਦਾ ਨਹੀਂ ਹੋਣੀ ਆਪਾਂ ਆਪਦਾ ਫਰਜ਼ ਪੂਰਾ ਕਰਨ ਜਾਣਾ ਮੇਰੇ ਭਰਾ, ਤੇ ਜਦੋਂ ਵੀ ਤੁਸੀਂ ਮਸ਼ੀਨ ਦੇ ਲਾਗੇ ਬਟਨ ਦੱਬਣਾ ਵਾ ਤੇ ਉਹ ਧਿਆਨ ਦੇ ਵਿੱਚ ਲੈ ਆਉਣਾ ਸਾਰੀਆਂ ਗੱਲਾਂ ਕਿ ਅਸੀਂ ਜਿਹੜਾ ਸਾਡਾ ਫਰਜ਼ ਆ ਅਸੀਂ ਉਹ ਪੂਰਾ ਕਰਨਾ। ਅਤੇ ਯਾਰ ਕੀ ਫਿਰ ਬੇਨਤੀ ਆ ਕਿ ਜਿਹੜੀ ਸਾਰਿਆਂ ਦੀ ਆਸ ਆ ਕਿ ਇੱਦਾਂ ਹੋਣਾ ਚਾਹੀਦਾ, ਅਤੇ ਆਪਦਾ ਜਿਹੜਾ ਆਪਣਾ ਨਿਸ਼ਾਨ ਆ ਸਿੱਖੀ ਸਿਧਾਂਤ ਆ ਜਿਹੜਾ ਆਪਣਾ, ਅਤੇ ਮੈਂ ਅਪੀਲ ਕਰਦਾ ਸਾਰਿਆਂ ਭਰਾਵਾਂ ਗਾੜੀ ਕਿ ਆਪਾਂ ਨੂੰ ਇੱਕ ਝੰਡੇ ਥੱਲੇ ਖੜ੍ਹਾ ਹੋਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣੇ ਸਿੱਖੀ ਸਿਧਾਂਤ ਆ ਗੁਰਬਾਣੀ ਦੇ ਨਾਲ ਜੋੜਨਾ ਵਾ, ਅੰਮ੍ਰਿਤ ਛਕਾਉਣੇ ਆ, ਜਿਹੜਾ ਆਪਣਾ ਹੁਣ ਫਰਜ਼ ਆ ਉਹ ਆਪਾਂ ਪੂਰਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੰਨਾ ਵਾਲਾ ਸਾਡਾ ਵੀਰ ਹੈ ਜਿਹੜਾ ਕਬੱਡੀ ਦੀ ਅਪਡੇਟ ਦਿੰਦਾ ਹੈ। ਆਪਾਂ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਜਿੰਨੇ ਵੀ ਵੀਰ ਸਾਡੇ ਦਰਮਿਆਨ ਪੁੱਜੇ। ਰਣਦੀਪੁਰ ਧੰਨਵਾਦ ਹੈ, ਸਾਡੇ ਸਾਰੇ ਪੰਡ ਬਹੁਤ ਵੱਡੇ ਹੈ। ਸਾਡੇ ਸਰਦਾਰ ਗੁਰਵੇਲ ਸਿੰਘ ਜੀ ਸਰਪੰਚ ਸਾਹਿਬ ਬਹੁਤ ਵੱਡੇ ਪਿਆਰ ਪੂਜਾ ਕਰ ਰਹੇ ਹੈ। ਦੀਪ ਸਿੰਘ ਜੀ 18 ਸ਼ੇਰ ਦਾ ਖੰਡਾ ਜਿੰਨੀ ਖੜਕਾਇਆ ਸੀ ਇਸ ਤਰ੍ਹਾਂ ਵੇਖੋਗੇ
ਚੱਕ ਸੂਰਮੇ ਨੇ ਤਲੀ ਤੇ ਟਿਕਾਇਆ ਸਟਾਰ ਸਰਦਾਰ ਟਹਿਲ ਸਿੰਘ ਦਾ ਪੁੱਤਰ ਜੋਤੀ ਨੇ ਲਹਿਰਾ ਲਾ ਕੇ ਧਰ ਤੱਕ ਲਾ ਗਿਆ ਆ ਸਾਹਮਣੇ ਦੀ ਵੀ ਯਾਰੀ ਕਹਿੰਦੇ ਬੱਕੇ ਬੱਕਾ ਤੇ ਰੌਲ ਹੈ ਸਿੱਧਣਾ ਵਾਲਿਆ ਸਿੱਧਣਾ ਵਾਲਿਆ ਸੁੱਖ ਭਗਾਲੇ ਵਾਲੇ ਨੇ 3000 ਦੇ ਖਾਤੇ ਚਲਿਆ ਹੋਇਆ ਰੰਦੀ ਬੜੀ ਦੀ ਦਾਇਸ਼ਤੀ ਇੰਨੀ ਹੈ ਢੇਰ ਵੀ ਲਿਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਨਾਨਕ ਦੀ ਕਬੱਡੀ ਹੈ ਆ ਪਹਿਲਾਂ 5116 ਪਹਿਲਾਂ 5116 ਇੰਗਲੈਂਡ ਵਾਲਿਆਂ ਦਾ ਇੰਗਲੈਂਡ ਵਾਲਿਆਂ ਦਾ ਸਰਪੰਚਾਂ ਦਾ ਔਰ ਸਾਹਮਣੇ ਤੇਰੇ ਪਾਸਾ ਨਹੀਂ ਲਾ ਸਕਿਆ ਤੇ ਕਾਂ ਧਾਵੀ ਦੇ ਖਾਤੇ ਜੁੜ ਗਿਆ ਅਗਲੀ ਕਬੱਡੀ ਪਤਲੇ ਪਤੰਗ ਸਰੀਰ ਵਿੱਚ ਨਾਜਨ ਪਾਉਣ ਦੇ ਲਈ ਵੱਧ ਹੈ ਮੈਂ ਵੀ ਸੁੱਖ ਰੰਦੀ ਪੁਰੀਏ ਗੋਪੀ ਤੇ ਮਾਣ ਕਰਦੇ ਆ ਸਾਡੇ ਵੀਰ ਇੰਗਲੈਂਡ ਵਾਲੇ ਸਰਪੰਚ ਔਰ ਸਾਹਮਣੇ ਤੇਰੇ ਪਾਸੇ ਸ਼ਰਮਾਤ ਹੋ ਗਈ ਇੰਗਲੈਂਡ ਵਾਲੇ ਆ ਰਵਿੰਦਰ ਬਹੁਤ ਵੱਡਾ ਧੰਨਵਾਦ ਹੈ ਸਾਡੇ ਭਰਾਵਾਂ ਦਾ ਸੁੱਖ ਵੀਰ ਦਾ ਤੇ ਨਾਲ ਰੰਦੀ ਪੁਰੀਏ ਗੋਪੀ ਦਾ ਜਿਹੜੇ ਵੀਰ ਇਸ ਸਾਹਮਣੇ ਆਸਟਰੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਸਵਰਗੀਏ ਬਾਪੂ ਜਗਤਾਰ ਸਿੰਘ ਜੀ ਸਰਪੰਚ ਰੱਤੋ ਵਾਲੀਏ ਉਹਨਾਂ ਦੇ ਪੁੱਤਰ ਪਰਮਜੀਤ ਤੇ ਗੁਰਪ੍ਰੀਤ ਰਹਿੰਦੇ ਆਸਟਰੀਆ ਦੇ ਵਿੱਚ ਉਹ ਕੋਚ ਸਾਹਿਬ ਆ ਗਏ ਆ ਫਰਨੀਪੁਰ ਦੀ ਟੀਮ ਦੇ ਉਹ 2000 ਸਾਡੇ ਵੀਰ ਕਹਿੰਦੇ ਨਾ ਆ 5116 ਵਾਲਾ ਆ 5116 ਇੰਗਲੈਂਡ ਵਾਲਾ ਪ੍ਰਮਾਣ ਹੈ ਪਰ ਨਾਨਕ ਨਾਨਕ ਮੁੰਡਾ ਅੰਮ੍ਰਿਤਸਰੀਆ ਮੁੰਡਾ ਅੰਮ੍ਰਿਤਸਰੀਆ ਮੁੰਡਾ ਅੰਮ੍ਰਿਤਸਰੀਆ ਫਰਨੀਪੁਰੀਆ ਥੋੜਾ ਜਿਹਾ ਹੋ 7 ਸਾਲ ਦਾ ਕਹਿੰਦੇ 7 ਸਾਲ ਦਾ ਬੱਚਾ ਦੋਵੇਂ ਕਿਡਨੀਆਂ ਤੇ ਦੋਵੇਂ ਖਰਾਬ ਹੈ ਕਹਿੰਦੇ ਵੀ ਅਸੀਂ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਸਾਰੇ ਵੀਰ ਸਮਝ ਚੁੱਕੇ ਆ ਵੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਪੈਲੀ ਬੰਨਾ ਕੋਈ ਨਹੀਂ ਡਾਕਟਰਾਂ ਨੇ 5-7 ਲੱਖ ਰੁਪਏ ਦਾ ਖਰਚਾ ਦੱਸਿਆ ਭੈਣ ਕਹਿੰਦੀ ਹੈ ਵੀ ਜੇ ਸਾਡੀ ਸੰਗਤ ਮਾਣ ਕਰੇ ਤੇ ਸਾਡਾ ਇਲਾਜ ਹੋ ਸਕਦਾ ਆ ਨੂੰ ਧੰਨਵਾਦ ਕਰਦੇ ਹਾਂ ਫਰੰਦੀਪੁਰ ਦੀ ਟੀਮ ਹੈ ਜੀ 500 ਮੇਰੇ ਲਈ ਪੁੱਜਦਾ ਕਰਕੇ 2000 ਫਰੰਦੀਪੁਰ ਦੀ ਟੀਮ ਲਈ ਭੇਜ ਦਿੰਦਾ ਹੈ ਪਰ ਫਰੰਦੀਪੁਰੀਏ ਥੋੜੀ ਕਸਰ ਰਹੀ ਹੈ 5100 ਇੰਗਲੈਂਡ ਵਾਲਾ ਪਰਿਵਾਰ ਕਹਿੰਦਾ ਇੱਕ ਜਹਾ ਲਾਤਾ 5100 ਆ 5100 ਆ 5100 ਆ 5100 ਪਰ ਆਓ ਸਾਹਮਣੇ ਹੇ ਵਿੱਚ ਵੀ ਦੁਨੀਆਂ ਦੇ ਸਟਾਰ ਆਉਣੇ ਆ ਕਦੇ ਕਹਿੰਦੇ ਹਰਿਆਣੇ ਪੰਜਾਬ ਦੀ ਗੱਲ ਚੱਲਦੀ ਪਰ ਆ ਫਰੰਦੀਪੁਰੀਆ ਆ ਫਰੰਦੀਪੁਰੀਆ ਆ ਪੱਲੇ ਪਰਿਵਾਰ ਦਾ ਹੀਰਾ ਜਿਹੜਾ ਕਰੋੜ ਕਰੋੜ ਗੱਡੀਆਂ ਦਾ ਸਨਮਾਨਿਆ ਮੈਂ ਸੁੱਖ ਭੰਗਾਲੇ ਵਾਲਾ ਜਿੰਨਾ ਵਧੀਆ ਇਨਸਾਨ ਹੈ ਉਹਨਾਂ ਵਧੀਆ ਪਲੇਅਰ ਹੈ ਤੇ ਇੱਕ ਵਧੀਆ ਟੀਮ ਦੇ ਵੀ ਖੇਡਦਾ ਨਾਜਨ ਫਰੰਦੀਪੁਰੀਆ ਗੋਪੀ ਆਹ ਕਹਿੰਦੇ ਦਿਲ ਦੇ ਵਿੱਚ ਉਹਨਾਂ ਪਿਆਰ ਦਿੰਦਾ ਆਹ ਸਾਹਮਣੇ ਜਿਹਨੂੰ ਵੀ ਆਪਣੀ ਟੀਮ ਦੇ ਵਿੱਚ ਖਿਡਾਉਂਦਾ ਆਹ ਸਾਹਮਣੇ ਪੇਲਾ ਬਣ ਗਿਆ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਣਾ ਲੱਗੇ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਵਾਣਾ ਲੱਗੇ ਸਾਰੇ ਸਾਡੇ ਨਗਰ ਦੇ ਸਰਪੰਚ ਸਾਹਿਬ ਉਹਨਾਂ ਦਾ ਸਾਰੀ ਪੰਚਾਇਤ ਦਾ ਸਾਰੇ ਨਗਰ ਵਾਸੀਆਂ ਦਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਾਰੇ ਇੱਧਰ ਦੇ ਵੀਰਾਂ ਦਾ ਧੰਨਵਾਦ ਆਓ ਸਾਹਮਣੇ ਇੱਧਰਲੇ ਪਾਸੇ ਹੇ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਮੇਲਾ ਹੱਲੇ ਮੁੱਕਿਆ ਨਹੀਂ ਮੇਲਾ ਹੱਲੇ ਮੁੱਕਿਆ ਨਹੀਂ ਹਾਏ ਕਿਉਂਕਿ ਕੋਈ ਵੀਰ ਮੈਨੂੰ ਲਾਈਵ ਵੀ ਚੱਲਦਾ ਹੈ ਨਾ ਕਹਿੰਦੇ ਵੀ ਇਹ ਤਾਂ ਯਾਰ ਸਾਹਮਣੇ ਸਕਰੀਨ ਲੱਗੀ ਕੀ ਕਰਦਾ ਕਮਾਲ ਨਹੀਂ ਟੱਚ ਕਿਹੜਾ ਕੱਢਣ ਜਾਂਦਾ ਨਾਲੇ ਲੱਗਾ ਹੈਗਾ
ਲੱਤਾਂ ਨੂੰ ਪਿੱਛੇ ਰੱਖ ਕੇ ਟੱਚ ਮਾਰ ਇੱਦਾਂ ਖੜ ਕੇ ਉਹ ਤੈਨੂੰ ਉਦਾਂ ਚੱਲ ਮੰਨ ਲਾ ਉਹ ਤੈਨੂੰ ਧੱਕ ਕੇ ਕਿੱਦਾਂ ਬਾਹਰ ਕੱਢ ਤੂੰ ਯਾਰ ਕਿੱਦਾਂ ਤੈਨੂੰ ਕੱਢ ਕਿੱਦਾਂ ਕੱਢ ਇੱਥੋਂ ਜਿੰਨਾ ਮਰਜ਼ੀ ਇੱਥੇ ਇੱਥੇ ਧੱਕ 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 ਦੱਸ ਉਹਨੂੰ ਉੱਥੋਂ ਧੱਕ ਕੱਚਾ ਯਾਰ ਇੰਨਾ ਤੂੰ ਤੇਰਾ ਜ਼ੋਰ ਹੀ ਨਾ ਕੱਚਾ ਹੈ ਬਹੁਤ ਕਿੱਥੋਂ ਕੀ ਆਈਆਂ ਲੱਤਾਂ ਕੱਚਾ ਯਾਰ ਇਹਨਾਂ ਨੇ ਬਾਅਦ ਨੂੰ ਗੱਲ ਸੁਣ ਟੱਚ ਮਾਰ ਜਾਂਦਾ ਇੱਥੇ ਜੋ ਟੱਚ ਮਾਰਦਾ ਲੀਕ ਤੇ ਲੀਕ ਇੱਥੇ ਖੜੇ ਆ ਉਹ ਜੋ ਨੀਵਾਂ ਹੋ ਕੇ ਜਾਂਦਾ ਟੱਚ ਟੱਚ ਆਹ ਆਹ ਲੱਤ ਲੱਤ ਫਿਰ ਆਹ ਗੱਡ ਗਾਣ ਲੱਤ ਤੇਰੀ ਪਿੱਛੇ ਹੁੰਦੀ ਆ ਲੱਤਾਂ ਵੀ ਗਾਂਹ ਲੈ ਜਾਂਦਾ ਬਾਹਾਂ ਕੱਢ ਕੇ ਗਾਂਹ ਮਾਰੇਗਾ ਟੱਚ ਆਹ ਚੱਲ ਮੰਨ ਲਓ ਟੱਚ ਨਹੀਂ ਵੱਜਿਆ ਆਹ ਭੱਜਿਆ ਭੱਜਿਆ ਜਾ ਕੇ ਤੇ ਬਾਹਰ ਨਿਕਲ ਗਿਆ ਇਹ ਕੀ ਕੀਤਾ ਜੀ ਬਾਹਰ ਕਿਉਂ ਨਿਕਲ ਗਿਆ ਤੈਨੂੰ ਤੈਨੂੰ ਇੰਨੀ ਚੀਜ਼ ਦਾ ਨਹੀਂ ਪਤਾ ਜਦੋਂ ਟੁੱਟ ਕੇ ਇੱਦਾਂ ਸਾਰਾ ਕੁਝ ਹੋ ਗਿਆ ਡੀ ਦੇ ਵਿੱਚ ਆ ਜਾ ਡੀ ਦੇ ਵਿੱਚ ਆ ਗਿਆ ਅਗਲੇ ਬੰਦਾ ਤੈਨੂੰ ਕੀ ਕਰ ਲਾ ਤੈਨੂੰ ਕਰਾਲਾ ਕੀ ਕਰਦਾ ਜੇ ਤੈਨੂੰ ਫੜਦਾ ਗਲੋਂ ਫੜ ਲਾ ਗਲੋਂ ਫੜ ਕੇ ਤੱਕ ਕੇ ਲੈ ਜਾ ਜਾਂ ਸਾਈਡ ਦੇ ਉਹਨੂੰ ਮਾੜਾ ਮੁੜ ਤੋਰ ਸਰੀਰ ਨੂੰ ਕੁਝ ਕਰ ਇੱਦਾਂ ਫਿਰ ਕੀ ਕਰੇਗਾ ਚਾਲੀਆਂ ਦਿਨਾਂ ਚ ਬੰਦੇ ਦੀ ਆਦਤ ਬਦਲ ਜਾਂਦੀ ਹੈ ਬੰਦੇ ਨੇ ਜਿੱਦਾਂ ਦਾ ਮਰਜ਼ੀ ਕਰ ਇੱਕ ਆਪਣਾ ਮਨ ਆ ਮਨ ਭਟਕਦਾ ਇੱਕ ਬੰਦੇ ਨੂੰ ਬੰਦਾ ਜੇ ਫੜਿਆ ਜਾਂਦਾ ਕੋਈ ਜਿਹਨੂੰ ਸਜ਼ਾ ਆ ਜਾਂਦੀ ਹੈ ਅੰਦਰ ਚੱਲ ਜਾਂਦਾ ਮਨ ਚੱਲ ਮਨ ਲਾ ਜੇਲ੍ਹ 'ਚ ਚੱਲ ਗਿਆ ਕਿੰਨੇ ਕੁ ਦਿਨ ਰਹੂਗਾ ਪਿੱਟੂਗਾ ਕਿੰਨੇ ਮੁੜ ਕੇ ਉਹਦਾ ਮਨ ਹੀ ਟਿਕ ਜਾਣਾ ਮੈਨੂੰ ਰਹਿਣਾ ਪੈਣਾ ਇੱਥੇ ਕਈ ਰੱਬ ਨਾਲ ਉੱਥੇ ਜੋਟੀ ਪਾ ਲੈਂਦੇ ਮਹਾਰਾਜ ਕਈ ਬਣੇ ਉੱਥੇ ਰੱਬ ਦਾ ਨਾਂ ਹੀ ਲਈ ਜਾਂਦੇ ਜੇਲ੍ਹ 'ਚ ਕਈ ਬੰਦੇ ਹੈਗੇ ਜਿਹੜੇ ਗੁਰਬਾਣੀ ਪੜ੍ਹੀ ਜਾਂਦੇ ਜੇਲ੍ਹ 'ਚ ਮੈਨੂੰ ਵੀ ਰੱਬ ਦੇ ਸਗੋਂ ਚੰਗਾ ਨੇੜੇ ਲੱਗ ਜਾਂਦੇ ਇੱਥੇ ਇੱਥੇ ਆਪਾਂ ਆਪਦੇ ਰਜੇਵਿਆਂ 'ਚ ਭੱਜੇ ਫਿਰਦੇ ਕਈ ਬੜੇ ਕਿਹੜੇ ਕਿਹੜੇ ਵਿਗੜੇ ਬੰਦੇ ਚੱਲ ਜਾਂਦੇ ਜੇਲ੍ਹ 'ਚ ਉਹ ਅੰਦਰੋਂ ਸੁਧਰ ਕੇ ਇਹ ਆਉਂਦੇ ਆ ਬੰਦੇ ਦੇ ਕਰਮ ਕਈ ਕੁਝ ਲਿਖਿਆ ਹੁੰਦਾ ਜੇ ਉਹ ਸਾਧੂ ਸੰਤ ਦੇ ਲੇੜੇ ਲੱਗਦਾ ਉਹ ਕਰਮ ਬੰਦੇ ਤੇ ਬਦਲ ਵੀ ਦਿੰਦਾ ਉਹ ਬਦਲ ਵੀ ਦਿੰਦਾ ਮਹਾਰਾਜ ਜਿਹੜਾ ਜੇ ਕਰਮ ਉਹਦੇ ਲਿਖੇ ਹੋਣਗੇ ਮਹਾਰਾਜ ਦੇ ਜ਼ਿਆਦਾ ਲੇੜਾ ਹੋਊਗਾ ਉਹ ਬਦਲ ਦੂਗਾ ਸਾਧੂ ਸੰਤ ਹੋਊਗਾ ਕੋਈ ਨਹੀਂ ਤੇ ਖਾਸ ਕਰਕੇ ਜਿਹੜੇ ਕਰਮ ਆ ਉਹ ਆਪਾਂ ਨੂੰ ਖਾਣੇ ਪੈਣੇ ਆ ਬੰਦਾ ਯਾਰ ਜਿਹੜਾ ਮੰਨ ਕੇ ਚੱਲ ਬੰਦਾ ਵਾ ਜਿਹੜਾ ਠੱਗੀਆਂ ਟੋਰੀਆਂ ਮਾਰਦਾ ਪੂਰਾ ਤੇ ਵਾਹਿਗੁਰੂ ਹੀ ਆ ਬੰਦਾ ਥੋੜ੍ਹੀ ਪੂਰਾ ਕੋਈ ਬਾਂਹ ਖੜੀ ਕਰਕੇ ਕਹਿੰਦੇ ਮੈਂ ਪੂਰਾ ਹੀ ਪੂਰਾ ਤੇ ਵਾਹਿਗੁਰੂ ਆ ਪਹਿਲਾਂ ਪੈਗਾ ਵਧਾਈ ਮੈਂ ਟੀ ਡੀ ਦਾ ਅੱਗੇ ਬਹਿਣਾ ਚਾਹੀ ਜਿੱਦਾਂ ਕੇਂਦਰ ਉਸ ਨੂੰ ਬਾਹਾਂ ਚੱਲਦੀਆਂ ਸੀ ਤੂੰ ਆਪਣੇ ਮਾਝੇ ਦੇ ਦਾਦੇ ਉਦਾਂ ਦਾ ਚਾਹੀ ਕਿਹੜੀਆਂ ਟੀ ਡੀ ਨੂੰ ਬਾਹਾਂ ਚੱਲਦੀਆਂ ਉਹਦੀਆਂ ਬਾਹਾਂ ਪਹਿਲਾਂ ਤੁਰਲੀਆਂ ਬਾਹਾਂ ਚੱਲਦੀਆਂ ਇੱਥੋਂ ਤੱਕ ਇੰਨੀ ਰੇਂਜ 'ਚ ਰੇਟਰ ਨੂੰ ਘੇਰ ਲੈਂਦਾ ਥੱਪ ਖਾਧੀ ਨਹੀਂ ਕੇਂਦਰਾਂ ਨਾਲੇ ਨਾ ਪ੍ਰੀ
ਫੁੱਟਬਾਲ ਖੇਡਦਾ ਹੈ ਕਹਿੰਦੇ ਵਾਲੀਬਾਲ ਵਾਲੀਬਾਲ ਹੁਣ ਜੇ ਆਪਾਂ ਕਬੱਡੀ ਤੇਜ਼ ਬਹਿਣੇ ਤਾਂ ਜਾਵੇ ਕੀ ਹੁਣ ਮੈਂ ਆਪਦੇ ਚ ਵੇਖਣ ਦਿਆਂ ਮੈਂ ਪਹਿਲੋਂ ਨਾਲੋਂ ਮੇਰੇ ਚ ਜਾਣ ਹੈਗੀ ਆ 30% ਪਹਿਲੋਂ ਨਾਲ ਉਦੋਂ 120% ਜਾਣ ਹੁਣ ਮੇਰੇ ਸਾਨੂੰ 30 ਇਕੱਲੀ 30 ਆ 40 ਹੋਊਗੀ ਅਤੇ ਮੈਂ ਵੇਖਣਾ ਵੀ ਮੇਰੇ ਤੋਂ ਵੀ ਕਈਆਂ ਰੇਡਰਾਂ 'ਚ ਜਾਣ ਨਹੀਂ ਹੈਗੀ ਅਤੇ ਉਦੋਂ ਕਿੰਨੀ ਜਾਣ ਉਹਦੀ ਕਿੰਨੀ ਪਾਵਰ ਹੋਊਗੀ ਅਤੇ ਹੁਣ ਜਿਹੜੇ ਨਵੇਂ ਮੁੰਡੇ ਆਉਂਦੇ ਤਾਂ ਅਗਾਂਹ ਕੀ ਆਉਂਦੇ ਆ ਨਵੇਂ ਮੁੰਡੇ ਹੈਗੀ ਨਹੀਂ ਆ ਹੈਗੀ ਨਹੀਂ ਆ ਆਹੋ ਅੱਗੇ ਮੈਂ ਤੇਗਾ ਤੂਗਾ ਮਾਰ ਕੇ ਮੈਂ ਲੁੱਧੜ ਹੋਣੀ ਅਤੇ ਦੂਜੇ ਕੀ ਨਾਲੇ ਦੇ ਗੱਗੀ ਹੋਣੀ ਮੂਧੇ ਕਰਦੀ ਅਤੇ ਤੇਗਾ ਜੋ ਬਾਹਰ ਚੜ੍ਹ ਜਾਂਦੀ ਹੈ ਕਿੰਨੀ ਜਾਣ ਹੁੰਦੀ ਕਿੰਨਾ ਹੁਣ ਜਿਹੜਾ ਤੇਗਾ ਮਾਰ ਕੇ ਬੰਦੇ ਨੂੰ ਮੂਧਾ ਕਰਨਾ ਨਾ ਉਹ ਸਾਰੇ ਸਰੀਰ 'ਚ ਜਾਣ ਹੋਵੇ ਫਿਰ ਪਿੱਛੇਦਾਰੇ ਨੇ ਲਕਾਰੇ ਮਾਰਨੇ ਗੋਪੀ ਨੂੰ ਹੱਥ ਲਾਉਣਾ ਸੀ ਗੋਪੀ ਨੂੰ ਬੰਦਾ ਕਿੰਨਾ ਭਾਰਾ ਤੇ ਪੁੱਠਾ ਜੰਪ ਲਾ ਕੇ ਨਾ ਬਾਹਾਂ ਤੇ ਖਲੋ ਜਾਂਦਾ ਅੱਜ ਤਰ੍ਹਾਂ ਬਾਜੂ ਚੋਲੇ ਨਾਲ ਛਾਲ ਮਾਰਦਾ ਐਂ ਕਰਕੇ ਉਹ ਬਹੁਤਾ ਭਰਾ ਉਹ ਵੀ ਐਂ ਕਰਕੇ ਐਂ ਉੱਠ ਪੈਂਦਾ ਬਾਲੀ ਜਾਣ ਚ ਹੀ ਬੰਦਾ ਯਾਰ ਕਿਸੇ ਜਾਣੀ ਤੇ ਨੈਚੁਰਲੀ ਹੁਣ ਤੇਰਾ ਜਿੰਨਾ ਵੀ ਸਰੀਰ ਸੀ ਨਾ ਜਦੋਂ ਤੂੰ ਕਈ ਵਾਰ ਤੂੰ ਅੜ ਜਾਣਾ ਐਂ ਬੰਦੇ ਨੂੰ ਐਂ ਚੁੱਕ ਕੇ ਲੈ ਆਉਣਾ ਕਈਆਂ ਦੇ ਬੰਦੇ 'ਚ ਹੱਡੀ 'ਚ ਜਾਣ ਹੁੰਦੀ ਆ ਕਈ ਵਾਰ ਵੇਖਣ ਨੂੰ ਲੱਗਦਾ ਨਾ ਇਹ ਹੌਲਾ ਜਿਹਾ ਯਾਰ ਇਹਨੂੰ ਮੈਂ ਫੜ ਹੀ ਲੈਣਾ ਉਹ ਜਦੋਂ ਤੈਨੂੰ ਮਾਲਵੇ ਮੂਲ ਵਾਲੇ ਲੱਗਦੇ ਨਾ ਸਰੀਆ ਹੀ ਪਾਈ ਫਿਰਦਾ ਹੀ ਉਦੋਂ ਇਹ ਚੀਜ਼ ਹੁੰਦੀ ਆ ਹੱਡੀ ਏਡਾ ਡੋਲਾ ਹੈ ਕਿੰਨੀ ਜਾਣੀ ਅਸੀਂ ਤਾਂ ਢੇਰੀ ਵਾਲੇ ਮੈਚ ਦਾ ਤੁਸੀਂ ਖੇਡਦੇ ਸੀ ਉਦੋਂ ਕਿੰਨੀ ਜਾਣੀ ਅਸੀਂ ਦੁੱਧ ਕਦੀ ਪਵਾਉਣਾ ਮੈਂ ਭੇੜਦੇ ਹੁੰਦੇ ਸੀ ਭੁੱਲ ਨਹੀਂ ਡੇ ਹੁੰਦੇ ਧੋਣ 'ਤੇ ਮਿੱਟੀ ਰੱਖ ਲੈਣੀ ਇੱਕ ਜਿਹੜਾ ਫੜ ਕੇ ਚੱਲਣ ਦੇ ਹੁਣ ਭਲਾ ਵੀ ਤੈਨੂੰ ਮੈਂ ਗੱਲ ਦੱਸਾਂ ਹੁਣ ਗਿੰਦਰਾ ਜਾਪੀ ਮੌਕਾ ਲੱਭਦਾ ਜੀ ਮੈਂ ਕੀ ਕਹਿੰਦਾ ਗਿੰਦਰਾ ਜਾਪੀ ਮੌਕਾ ਲੱਭਦਾ ਜੀ ਜੇ ਕਿਸੇ ਨੇ ਮੰਗਾ ਸੱਦਿਆ ਉਹ ਪਹਿਲਾਂ ਵੇਂਦਾ ਰੇਟ ਅੱਛਾ ਇਹ ਆ ਸਾਮੀ ਘੇਰੋ ਅਗਲਿਆਂ ਨੂੰ ਕਹੋ ਮੈਂ ਜਾਪਾ ਪਾਇਆ ਅੱਗੇ ਸਾਡੇ ਮਨ 'ਚ ਭਲਾ ਕੀ ਹੁੰਦਾ ਜੀ ਸਾਰੇ ਚਲੋ ਕੇਂਦਰ ਸਾਰੇ ਪਹਿਲਾਂ ਮੇਨ ਘੇਰੋ ਦੂਜਿਆਂ ਨੂੰ ਤਾਂ ਬਾਅਦ 'ਚ ਵੇਖੋ ਆਹ ਚੀਜ਼ ਹੁੰਦੀ ਪਹਿਲਾਂ ਵੀ ਉਹ ਫੜੋ ਜਿਹੜਾ ਸ਼ਿਕਰ ਵਾਲਾ ਬੇਰ ਆ ਉਹਨੂੰ ਢਾਓ ਦੂਜੇ ਆਪੇ ਕਰ ਲਾਂਗੇ ਹੁਣ 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 ਕਬੱਡੀ ਇਹ ਹੀ ਨਵਾਂ ਖੇੜਾ ਇੰਨਾ ਕਹਾਂਗੇ ਮੰਗਿਆ ਸੱਦਿਆ ਨੰਬਰ